ਤੁਹਾਨੂੰ ਕਿਵੇਂ ਵੱਖਰਾ ਵੇਖਾਂ ਮੈਂ ਬਾਕੀਆਂ ਤੋਂ? ਕੀ ਤੁਸੀਂ ਇਹੋ ਜਿਹਾ ਦੇ ਰਹੇ ਹੋ ਬੱਚਿਆਂ ਨੂੰ ਐਜੂਕੇਸ਼ਨ ਲੈਣ? ਸਰ, ਇੱਕ ਤਾਂ ਅਸੀਂ ਐਜੂਕੇਸ਼ਨ ਨੂੰ ਐਜੂਕੇਸ਼ਨ ਲੈ ਕੇ ਚੱਲ ਰਹੇ ਹਾਂ। ਈਵਨ ਸਾਡਾ ਸਕਸੈਸ ਰੇਟ ਤੁਸੀਂ ਦੇਖ ਸਕਦੇ ਹੋ ਆਇਲਸ ਦਾ, ਅਸੀਂ ਗਰੰਟੀ ਦਿੰਦੇ ਹਾਂ ਬੱਚਿਆਂ ਨੂੰ ਕੀ ਗਰੰਟੀ ਦਿੰਦੇ ਹੋ? ਗਰੰਟੀ ਦਿੰਦੇ ਹਾਂ ਉਹਨਾਂ ਦੇ ਮਿਨੀਮਮ ਬੈਂਡ ਸੀ ਕਿ ਜਪਰੀਤ ਵੀ ਉਹਨਾਂ 'ਚ ਹੀ ਆਉਂਦਾ ਏਜੰਟਾਂ 'ਚੋਂ ਜੋ ਠੱਗਦਾ, ਜਾਂ ਜਪਰੀਤ ਸਹੀ ਰਾਹ ਪਾਉਂਦਾ। ਤੁੱਕੇ ਵਾਲਾ ਸਿਸਟਮ ਨਹੀਂ ਸਾਡੇ ਹੈਗਾ। ਕੈਨੇਡਾ ਦਾ ਵੀਜ਼ਾ, ਕੋਈ ਯੂਕੇ ਦਾ ਵੀਜ਼ਾ ਲਾ ਰਿਹਾ, ਕੋਈ ਯੂਐਸਏ ਦਾ ਲਾ ਰਿਹਾ, ਕਰਨ ਨੂੰ ਕੁਛ ਵੀ ਨਹੀਂ। ਮੈਂ ਸਾਰਾ ਪ੍ਰੋਸੈਸ ਆਪਦਾ ਆਪ ਕੀਤਾ, ਐਡਮਿਸ਼ਨ ਤੋਂ ਲੈ ਕੇ ਵੀਜ਼ਾ ਫਾਈਲਿੰਗ ਸਾਰਾ ਕੁਛ ਆਪ ਕੀਤਾ, ਕੋਈ ਪ੍ਰੋਬਲਮ ਨਹੀਂ ਕੀਤੀ। ਐਂ ਤਾਂ ਨਹੀਂ ਪਹਿਲੀ ਵਾਰੀ ਜਦੋਂ ਪੌੜੀਆਂ ਚੜ੍ਹ ਕੇ ਕੋਈ ਦਫ਼ਤਰ ਆਉਂਦਾ ਤੁਹਾਡੇ, ਚਾਹ ਪਾਣੀ ਸਭ ਕੁਛ ਹੈਗਾ, ਉਸ ਤੋਂ ਬਾਅਦ ਫਿਰ ਮੂੰਹ ਵੀ ਨਹੀਂ ਨਜ਼ਰ ਆਉਂਦਾ? ਨਹੀਂ, ਪੋਤਿਆਂ ਦਾ ਇਹੋ ਜਿਹਾ ਹੈਗਾ ਹਾਲ ਪੰਜਾਬ ਦੇ। ਜਿਹੜੇ ਬੰਦੇ ਦਾ ਆਪ ਵੀਜ਼ਾ ਨਹੀਂ ਲੱਗਿਆ ਨਾ, ਉਹਨੇ ਇਮੀਗ੍ਰੇਸ਼ਨ ਦਾ ਕੰਮ ਖੋਲਿਆ। ਆਪ ਉਹ ਕੈਨੇਡਾ ਨਹੀਂ ਜਾ ਸਕਿਆ, ਆਪ ਉਹ ਯੂਐਸਏ ਨਹੀਂ ਪੜ੍ਹਨ ਜਾ ਸਕਿਆ, ਉਹਨੇ ਇਮੀਗ੍ਰੇਸ਼ਨ 'ਚ ਆ ਗਿਆ। ਸੀਬੀਐਸਈ ਦਾ ਰਿਜ਼ਲਟ ਆ ਗਿਆ 2023 ਦਾ, ਮੈਨੂੰ ਕੁਇਕਲੀ ਦੱਸਣਾ ਔਰ ਇੱਦਾਂ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਪੈ ਜਾਵੇ ਇਹ ਗੱਲ ਕਿ ਕੀ ਕਰ ਸਕਦੇ ਆ ਹੁਣ, ਔਰ ਆਸਾਨ ਤਰੀਕਾ ਹੈ ਕੀ ਉਹਨਾਂ ਦੇ ਲਈ? ਸਰ ਦੇਖੋ, ਜਿਹਨਾਂ ਨੇ ਤਾਂ ਜਿਹਨਾਂ ਨੂੰ ਪਤਾ ਕਿ ਮੈਂ ਆਇਲਸ ਕਰ ਸਕਦਾ, ਉਹਦੇ ਲਈ ਕੈਨੇਡਾ, ਆਸਟ੍ਰੇਲੀਆ ਖੁੱਲ੍ਹਾ, ਯੂਐਸਏ ਖੁੱਲ੍ਹਾ ਬਹੁਤ ਚੰਗੇ ਤਰੀਕੇ ਨਾਲ। ਜਿਹਨਾਂ ਨੂੰ ਪਤਾ ਕਿ ਮੈਂ ਆਇਲਸ ਨਹੀਂ ਕਰ ਸਕਦਾ, 60% ਨੰਬਰ ਹੈਗੇ ਇੰਗਲਿਸ਼ 'ਚੋਂ ਅਤੇ 60 number ਹੈਗੇ ਆ ਓਵਰਆਲ, ਉਹ ਯੂਕੇ ਲਾ ਲੈਣ ਵਿਦਆਊਟ ਆਇਲਸ। ਅਤੇ ਕਈ ਲੋਕ ਕੈਨੇਡਾ ਦੇ ਪੈਕੇਜ ਕਰ ਰਹੇ ਆ ਜੀ। ਕੈਨੇਡਾ 'ਚ ਕੀ ਹੈ ਜੀ, ਫੀਸ ਭਰਨੀ ਆ ਸਾਲ ਦੀ, GIC ਭਰਨੀ ਆ, ਉੱਥੇ ਰਹਿਣ ਸਹਿਣ ਦਾ ਖਰਚਾ, GIC ਲਿਵਿੰਗ ਹੁਣ ਕਿਹਨੂੰ ਕਹਿੰਦੇ ਆ ਜੀ, ਅਤੇ ਜਿਹੜਾ 1 ਦੀ ਫੀਸ ਭਰ ਕੇ ਜਾਣੀ ਆ, ਕੋਈ ਉਹ ਦੁਆ ਫੰਡ ਸ਼ੋਅ ਕਰਨ ਦੀ ਲੋੜ ਨਹੀਂ, ਕੁਛ ਨਹੀਂ ਕਰਨ ਦੀ ਲੋੜ, ਅਤੇ ਸਿੱਧਾ ਵੀਜ਼ਾ ਲੱਗਦਾ, ਕੋਈ ਪ੍ਰੋਬਲਮ ਹੀ ਨਹੀਂ। ਕੋਈ ਜ਼ਿੰਮੀਦਾਰ ਬੰਦਾ ਜੀ, ਉਹਨਾਂ ਕੋਲ ਉਨਾ ਪੈਸਾ 14-15 lakh ਰੁਪਇਆ 3 ਮਹੀਨੇ ਪੁਰਾਣਾ ਨਹੀਂ ਹੈਗਾ ਜੀ, ਉਹ ਸ਼ੋਅ ਕਰਵਾਉਣ ਦੇ ਚੱਕਰ 'ਚ ਉਹ 7-8 lakh ਰੁਪਏ ਐਕਸਟਰਾ ਦੇ ਦਿੰਦੇ ਆ। ਰੈਦਰ ਕਿ ਉਹੀ ਜ਼ਮੀਨਾਂ 'ਤੇ ਲੋਨ ਚੱਕ ਕੇ ਬਹੁਤ ਈਜ਼ੀਲੀ ਪੜ੍ਹਿਆ ਜਾ ਸਕਦਾ, ਨਾ ਤਾਂ ਉਹਨਾਂ ਦਾ ਜੇਬ 'ਚੋਂ 15 lakh ਰੁਪਇਆ ਲੱਗਣਾ, ਅਤੇ ਜਿਹੜਾ ਪੈਸਾ ਲੱਗੂਗਾ ਵੀ ਜੀ, ਉਹ ਵੀ ਉਹਨਾਂ ਨੇ ਕਿਸ਼ਤਾਂ 'ਚ ਵਾਪਸ ਕਰਨਾ। ਕਹਿੰਦੇ ਨੇ ਸ਼ਹਿਰ ਦੀ ਦਵਾ ਅਤੇ ਪਿੰਡਾਂ ਦੀ ਹਵਾ ਬੰਦੇ ਨੂੰ ਠੀਕ ਕਰ ਦਿੰਦੀ ਹੈ, ਕਿਉਂਕਿ ਲੈਸ ਦੈਨ 1% ਆ ਜੀ ਕੈਨੇਡਾ ਦਾ ਜਿਹੜਾ ਰਿਫਿਊਜ਼ਲ ਰੇਟ ਹੈ, ਯੂਕੇ ਦਾ 0%। ਆਸਟ੍ਰੇਲੀਆ, ਆਸਟ੍ਰੇਲੀਆ ਸਰ ਕਿਤੇ ਨਾ ਸਾਨੂੰ ਮਤਲਬ ਕਿ ਉਹ ਐਜ ਜਿਹੜਾ ਸਾਡਾ ਕੈਨੇਡਾ ਯੂਕੇ ਦਾ, ਉਹ ਐਜ ਆਸਟ੍ਰੇਲੀਆ ਦਾ ਨਹੀਂ ਹੋ ਪਾਉਂਦਾ। ਉਹਨੇ ਪੁੱਛਿਆ ਮੇਰਾ ਜੁਰਮ ਤਾਂ ਦੱਸ, ਅੱਗੋਂ ਜਵਾਬ ਆਇਆ ਵੇਖ ਮੈਂ ਅੱਜ ਤੱਕ ਮੁਸਕਰਾ ਹੀ ਨਹੀਂ ਸਕਿਆ। ਇਹ ਪੰਜਾਬ ਦਾ ਹਾਲ ਹੈ, ਜੋ ਲੋਕ ਠੱਗੇ ਗਏ ਨੇ ਇਮੀਗ੍ਰੇਸ਼ਨ ਦੇ ਵਿੱਚ ਏਜੰਟਾਂ ਦੇ ਹੱਥੋਂ, ਉਹਨਾਂ ਦੇ ਚਿਹਰਿਆਂ ਦੇ ਹਾਸੇ ਗਵਾਚ ਚੁੱਕੇ ਨੇ। ਕਹਿੰਦੇ ਨੇ ਸ਼ਹਿਰ ਦੀ ਦਵਾ ਅਤੇ ਪਿੰਡਾਂ ਦੀ ਹਵਾ ਬੰਦੇ ਨੂੰ ਠੀਕ ਕਰ ਦਿੰਦੀ ਹੈ। ਮੇਰੇ ਨਾਲ ਐਜੂਕੇਸ਼ਨ ਲੇਨ ਤੋਂ ਜਪ੍ਰੀਤ ਜੀ ਮੌਜੂਦ ਨੇ, ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ MBA USA ਦੇ ਵਿੱਚ ਕੀਤੀ ਅਤੇ ਵਾਪਸ ਪਿੰਡਾਂ ਦਾ ਰੁੱਖ ਕਰ ਲਿਆ। ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ 'ਤੇ। ਥੈਂਕ ਯੂ ਜੀ। ਜਪ੍ਰੀਤ, ਐਜੂਕੇਸ਼ਨ ਲੇਨ ਔਰ ਇਮੀਗ੍ਰੇਸ਼ਨ ਦਾ ਕਾਰੋਬਾਰ, ਜਿਹੜਾ ਨਾਮ ਜਪਣਾ ਲੋਕ ਸ਼ੁਰੂ ਕਰਨਗੇ ਉਹ ਕਿਸ ਹਵਾਲੇ ਦੇ ਨਾਲ ਸ਼ੁਰੂ ਕਰਨਗੇ ਕਿ ਜਪ੍ਰੀਤ ਵੀ ਉਹਨਾਂ 'ਚ ਹੀ ਆਉਂਦਾ ਏਜੰਟਾਂ 'ਚੋਂ ਜੋ ਠੱਗਦਾ, ਜਾਂ ਜਪ੍ਰੀਤ ਸਹੀ ਰਾਹ ਪਾਉਂਦਾ? ਕੋਸ਼ਿਸ਼ ਤਾਂ ਜੀ ਸਹੀ ਰਾਹ ਪਾਉਣ ਦੀ ਕਰੀਦੀ ਆ, ਟਰਾਈ ਕਰਦੇ ਹਾਂ ਕਿ ਜਿਹਦਾ ਮਤਲਬ ਕਿ ਮਿਨੀਮਮ ਤੋਂ ਮਿਨੀਮਮ ਐਕਸਪੈਂਡੀਚਰ ਹੋ ਕੇ ਜਿਹਨੇ ਬਾਹਰ ਪੜ੍ਹਨ ਜਾਣਾ ਉਹਦਾ ਸੁਪਨਾ ਬਾਹਰ ਪੜ੍ਹਨ ਦਾ ਉਹ ਪੂਰਾ ਕਰ ਸਕੀਏ। ਔਰ ਕਿਸ ਤਰੀਕੇ ਦੇ ਸੁਪਨੇ ਲੈ ਕੇ ਆਉਂਦੇ ਨੌਜਵਾਨ ਤੁਹਾਡੇ ਕੋਲ? ਕਿਸੇ ਦਾ ਜੀ ਕੋਈ ਅੱਗੇ ਬਹੁਤ ਵਧੀਆ ਇੰਜੀਨੀਅਰ ਬਣਨ ਦਾ ਸੁਪਨਾ ਜੀ, ਕਿਸੇ ਦਾ ਸਿਰਫ ਵਿਦੇਸ਼ ਜਾਣ ਦਾ ਸੁਪਨਾ, ਕਿਸੇ ਦਾ ਵਧੀਆ ਟੌਪ ਦੀ ਯੂਨੀਵਰਸਿਟੀ ਜਾਣ ਦਾ ਸੁਪਨਾ, ਸਾਰਿਆਂ ਦੇ ਅੱਡ ਅੱਡ ਮੋਟਿਵ ਨੇ ਜੀ ਜਾਣ ਦੇ। ਬਹੁਤ ਸਾਰੇ ਏਜੰਟ ਤਾਂ ਐਂ ਕਰਦੇ ਹੈਗੇ, ਜਿਹੜਾ ਇੰਜੀਨੀਅਰ ਬਣਨ ਆਇਆ ਜਾਂ ਕੋਈ ਹੋਰ ਕੁਛ ਕਰਨ ਆਇਆ, ਉਹਨੂੰ ਪੁੱਠੀਆਂ ਯੂਨੀਵਰਸਿਟੀਆਂ ਦਾ ਰੁੱਖ ਵਿਖਾ ਦਿੰਦੇ ਆ ਕਿ ਨਹੀਂ ਜੀ ਨਹੀਂ ਤੁਸੀਂ ਆਹ ਕਰ ਲਓ, ਜਦਕਿ ਉਹ ਕਰ ਵੀ ਸਕਦਾ, ਉਹਨਾਂ ਕੋਲ ਰਸਤਾ ਹੈ ਵੀ ਹੈ। ਤੁਹਾਡੇ ਅਤੇ ਉਹਨਾਂ 'ਚ ਫਰਕ ਕੀ ਆ? ਸਰ ਆਪ ਪਹਿਲਾਂ ਪੜ੍ਹ ਲਿਖ ਕੇ ਉਦੋਂ ਬਾਅਦ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਤਰੀਕੇ ਨਾਲ ਪਹਿਲਾਂ ਆਪ ਪੜ੍ਹੇ ਹਾਂ ਉਸੇ ਚੰਗੇ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰੀਏ ਕਿ ਕਿੱਥੇ ਕਿੱਥੇ ਤੁਸੀਂ ਕਰ ਸਕਦੇ ਹੋ, ਕਿਹੜੀ ਵਧੀਆ ਯੂਨੀਵਰਸਿਟੀ ਜਾ ਸਕਦੇ ਹੋ। ਸਾਡਾ ਆਮ ਤੌਰ 'ਤੇ ਮੋਟਿਵ ਵੀ ਹੁੰਦਾ ਅਤੇ ਅਸੀਂ ਚਾਹੁੰਦੇ ਵੀ ਹਾਂ ਕਿ ਵਧੀਆ ਤੋਂ ਵਧੀਆ ਯੂਨੀਵਰਸਿਟੀ 'ਚ ਐਂਡ ਅਪ ਕਰਵਾਈਏ ਬੱਚਾ। ਜੇ ਬੱਚਾ 70% ਵਾਲਾ, ਉਹਨੂੰ ਕੋਸ਼ਿਸ਼ ਕਰੀਏ ਕਿ ਉਹਨੂੰ 70% ਵਾਲਾ ਇੰਸਟੀਟਿਊਟ ਮਿਲੇ, ਨਾ ਕਿ ਉਹਨੂੰ 50-55 ਵਾਲਾ ਇੰਸਟੀਟਿਊਟ ਮਿਲੇ। ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ ਜੀ। ਤੁਸੀਂ ਸਹੀ ਸਲਾਮਤ ਪਹੁੰਚ ਗਏ ਸੀ USA? ਬਿਲਕੁਲ ਜੀ ਬਿਲਕੁਲ, ਸਾਰਾ ਪ੍ਰੋਸੈਸ ਆਪ ਕੀਤਾ ਸੀਗਾ ਜੀ, ਅਤੇ ਕੋਈ ਪ੍ਰੋਬਲਮ ਨਹੀਂ ਆਈ। ਸਾਰੇ ਜਿਹੜੇ ਵੀ ਕੈਨੇਡਾ ਦਾ ਵੀਜ਼ਾ, ਕੋਈ UK ਦਾ ਵੀਜ਼ਾ ਲਾ ਰਿਹਾ, ਕੋਈ USA ਦਾ ਲਾ ਰਿਹਾ, ਕਰਨ ਨੂੰ ਕੁਛ ਵੀ ਨਹੀਂ, ਮੈਂ ਸਾਰਾ ਪ੍ਰੋਸੈਸ ਆਪਦਾ ਆਪ ਕੀਤਾ, ਐਡਮਿਸ਼ਨ ਤੋਂ ਲੈ ਕੇ ਵੀਜ਼ਾ ਫਾਈਲਿੰਗ ਸਾਰਾ ਕੁਛ ਆਪ ਕੀਤਾ, ਕੋਈ ਪ੍ਰੋਬਲਮ ਨਹੀਂ ਕਿਤੇ। ਤੁਸੀਂ ਵੀ ਉਸੇ ਲੀਗ ਦੇ ਉੱਤੇ ਚੱਲਦੇ ਹੋ ਜਿਨ੍ਹਾਂ ਦੇ ਬਾਕੀ ਚੱਲਦੇ ਨੇ ਪੈਸਾ, ਮਤਲਬ ਕਿ ਵੀਜ਼ਾ ਲੱਗਣ ਤੋਂ ਬਾਅਦ? ਨਹੀਂ ਜੀ, ਇਹਦੇ 'ਚ ਐਕਚੁਲੀ ਨਾ ਇਹ ਰੁਝਾਨ ਬਣ ਗਿਆ ਜੀ ਪੰਜਾਬ ਦਾ ਕਿ ਅਗਲਾ ਇਨਵੈਸਟ ਕਰ ਤਾਂ ਪੜ੍ਹਾਈ 'ਚ ਰਿਹਾ, ਉਹ ਇਹ ਨਹੀਂ ਸਮਝਦਾ, ਉਹਨੂੰ ਐਂ ਲੱਗਦਾ ਕਿ ਮੇਰਾ ਕਿਤੇ ਪੈਸਾ ਨਾ ਡੁੱਬ ਜੇ,
प्राइवेट यूनिवर्सिटी नूं छड्ड के जिहड़ा पब्लिक यूनिवर्सिटियां च पैसा ला रहा सरकारी यूनिवर्सिटियां च पैसा दे रहे हैं वह किसी भी तरह वो यूनिवर्सिटी रख नहीं सकती। उन्हां दा वीज़ा अप्रूव हुंदा ते डेफिनेटली आपां पढ़न जाना छे महीने की या साल की आपां जिहड़ी फीस दित्ती है वह देनी है। जे नहीं वीज़ा अप्रूव होया बाय चांस कोई कोई प्रॉब्लम आ गई बच्चे की वह उन्होंने रिफंड आ जाना। बट ये तो डर के जी लोग 7-8 लाख रुपए एक्सट्रा दे रहे हैं सिर्फ पैकेज सिस्टम करके। जमीना भी बेच रहे हैं जमीन बेच रहे हैं और जो लैगेसी उन्होंने चीज़ा मिली ने उन्होंने सारिया बेचती हैं इसे सुपने बेचते हैं कि बाहर चल जाएंगे की है ये पैकेज सिस्टम क्यों लोगों लुटते पे पैकेज सिस्टम के नाते। पैकेज सिस्टम कुछ नहीं जी सारे जेडे भी तुहाडे जिवें किसी ने यूके जाना या आस्ट्रेलिया जाना वो फंड उन्हां कोले नहीं होंदे। जिवें हुण कोई जिमीदार बंदा जी उन्हां कोले उन्ना पैसा 14-15 लाख रुपया 3 महीने पुराना नहीं हैगा जी वो शो करवाउण दे चक्कर च वो 7-8 लाख रुपया एक्सट्रा दे देंदे रैदर कि उही जमीना ते लोन चक के बहुत ईजीली पढ़िया जा सकदा ना तो उन्हां दा जेब चो 15 लाख रुपया लगना तो जिहड़ा पैसा लगेगा भी जी वह भी उन्होंने किश्तों च वापस करना। तो आई थिंक यह बहुत बैटर चीज़ आ कि लोन लै रहे हो बच्चे ते रिस्पोंसिबिलिटी हैगी है कि भाई मैं लोन मोड़ना जमीन तुहाडी तुहाडे कोल आ तुहानू किवें वखरा वेखा मैं बाकियों तो की तुसीं इहो जिहा दे रहे हो बच्चों एजुकेशन लेन की दिंदा पिया बच्चों इहो जिहा वखरा बाकी इमीग्रेशन के जिन्हें भी कंसल्टेंट या एजेंट है या जिन्हें भी अगे फॉर्म्स बनिया हुई ने उन्हां तों वखरा तुसीं की करदे पे हो। सर एक तो असी एजुकेशन नूं एजुकेशन लैके चल रहे हैं जी ता ही इहदा नाम असी एजुकेशन लेन रखिया सीगा उदों कि जिहड़ा भी आइल्स करा रहे हैं कोई टॉफल करा रहे हैं कुछ लैंग्वेज पढ़ा रहे हैं पहलां तो उन्हूं बहुत सिंसैरिटी नाल कराउंदे आ उहदे च कोशिश हुंदी है कि वध तों वध बच्चे 9 बैंड 8 बैंड लै सकन कि जिहड़ा उह इक काम करना है जिहड़ी चीज़ पढ़ना है वह बहुत सक्सैसफुली पढ़ सकन उह ता ही ईवन साडा सक्सैस रेट तुसीं देख सकदे हो आइल्स दा असी गरंटी दिंदे आ बच्चों नूं कि गरंटी दिंदे हो गरंटी दिंदे आ उन्हां दे मिनिमम बैंड से जी एक बच्चा आया उन्हूं टैस्ट दे के एंट्रेंस उन्हूं बिठाने उदू बाद उन्हां नूं गरंटी दिंदे आ 6.5 बैंड से जी कि ये आउणगे ही आउणगे साडे तो जे वह 2.5 महीने पढ़ता बच्चा जी। तो उदू बाद सैकेंड स्टैप हैगा जी इमीग्रेशन का उहदे च भी सक्सैस साडे लई सब तो इंपोर्टेंट आ जी कि जे एक बच्चा आया कैनेडा जाण लई जे उहदा असी एवैल्यूएट करते हैं प्रोफाइल जे तो प्रोफाइल हैगी है बहुत वधिया 60% तो उत्ते मार्क्स है वो वधिया पढ़िया बच्चा कोई गैप नहीं है उन्होंने कितने कोई प्रॉब्लम नहीं आऊगी। प्रॉब्लम उत्थे आउंदी है जी जिते बच्चे दे या तो नंबर घट ने या वो आस चो बैंड पूरे नहीं है PT चो बैंड पूरे नहीं है तो बच्चा फाइल ला रहा उत्थे जिते वो डिजर्व नहीं करता। तो उस चीज़ की गाइडेंस नूं लैके असी थोड़ा जिहा अड चलते हैं कि जे तो सानू लगता कि आह फाइल सक्सैसफुली क्लीयर होगी वधिया तो वधिया इंस्टीट्यूशन च फिर उन्हों अप्रूव कर दें जी अदरवाइज असं केस नहीं लेंगे। सियासत दे विच जपरीत जी कहा जाता हैगा जो खानदानी रईस होंगे ने या फिर जो रजे होंगे ने पिछों उन्होंने लोड़ नहीं पैंदी करप्शन करन दी तुसी पिछों तुहाडा बैकग्राउंड जो हैगा एक बिजनेस फैमिली नूं तुसी बिलोंग करते हो और बहुत सारे जिहड़े नवे नवे एजेंट बनते पे है जो पिछों जिन्हों का बैकग्राउंड स्ट्रोंग नहीं है वो इस करके भी लोगों मूर्ख बनाते या बेवकूफ़ बनाते हैं क्योंकि उन्होंने पैसा मोटा नज़र आना शुरू हो जाता कि एक ये भी कारण है कि लोग तुहानू चुनन के भी हाँ भी पिछों असी रजे हुए हैं। बिल्कुल सर कोई ना कितने आके फर्क पैंदा जी चीज़ का बट जे मैं ये गल करा कि सिर्फ एजुकेशन की घाट है जी जेड़े जेड़े बंदे का इतने पिछे की हो गया जी जेडे बंदे का आप वीज़ा नहीं लग्या ना उन्हें इमीग्रेशन का काम खोल लिया आप वो कैनेडा नहीं जा सके आप US नहीं पढ़न जा सके उन्हें इमीग्रेशन च आ गया हो या कोई टिकटिंग करता सीगा वो इमीग्रेशन च आ गया। हम तो डूबेंगे सर तुमको भी ले डूबेंगे। बिल्कुल जी बिल्कुल इतने प्रॉब्लम आई है जी की दे रहे हो UK दा बहुत वर्क परमिट नू लैके या वर्क वीज़ा नू लैके या स्टूडेंट वीज़ा नू लैके की है एजुकेशन लेन दे कोल। एजुकेशन जिहड़ा स्टडी वीज़ा जी ये साडी स्पैशलिटी है जी चाहे उन्होंने UK लै लो चाहे कैनेडा लै लो UK विद 100% सक्सैस रेट दे रहे हैं जी। जो स्पैशलिटी वर्ड यूज करते हो हाँ जी तो ये की भाव है ये भाव सर यही है वक्रे कि बाकी नालों बिल्कुल जी ये सर भाव यह है जिमें साडा सक्सैस रेट जो कैनेडा का ना वो की हो बच्चे ने किसी ने कोई PT ना फाइल ला रहा जी कोई आइल्स करके फाइल ला रहा कोई PT होम बेस से भी फाइल लाई जाता तो उन्होंने चीज़ों बहुत असी रिस्ट्रिक्ट किया जी अज तक असी कदम PT फाइलिंग नहीं की अज तक कदम होम बेस PT से फाइलिंग नहीं की वो तुके वाला सिस्टम नहीं साढ़े हैगा उन्होंने एवैल्यूएट की जाती है जी प्रोफाइल साड़ी गुड़गांव साडा बैक एंड ऑफिस आ जी उतों एवैल्यूएट होती है जी प्रोफाइल जे बच्चे का वीज़ा लगेगा जी बच्चे की प्रोफाइल बहुत वधिया ही असं एक्सैप्ट करा नहीं असी लाते नहीं वीज़ा।
ਪੈਸਾ ਪੂਸਾ ਕਿੰਨਾ ਲੈ ਲੈਂਦੇ ਹੋ ਤੁਸੀਂ? ਪੈਸਾ ਸਰ ਜੋ ਨੋਰਮਲ ਕੰਸਲਟੈਂਸੀ ਫੀ ਆ ਜੀ ਉਹ ਲੈਂਦੇ ਹਾਂ ਸਰ, ਹੋਰ ਕੋਈ ਐਸਾ ਚ ਕੋਈ ਪੈਕੇਜ ਨਹੀਂ ਜੀ, ਕੁਛ ਨਹੀਂ ਪੈਂਦੇ। ਐਂ ਤਾਂ ਨਹੀਂ ਪਹਿਲੀ ਵਾਰੀ ਜਦੋਂ ਪੌੜੀਆਂ ਚੜ੍ਹ ਕੇ ਕੋਈ ਦਫ਼ਤਰ ਆਉਂਦਾ ਤੁਹਾਡੇ ਚਾਹ ਪਾਣੀ ਸਭ ਕੁਛ ਹੈਗਾ, ਉਹ ਤੋਂ ਬਾਅਦ ਫਿਰ ਮੂੰਹ ਵੀ ਨਹੀਂ ਨਜ਼ਰ ਆਉਂਦਾ? ਨਹੀਂ ਪੋਤਿਆਂ ਦਾ ਇਹੋ ਜਿਹਾ ਹੈਗਾ ਹਾਲ ਪੰਜਾਬ 'ਚ? ਬਿਲਕੁਲ ਨਹੀਂ ਸਰ, ਇਹ ਜੀ ਕੋਈ ਗੱਲ ਨਹੀਂ, ਕਿਉਂਕਿ ਹੁਣ ਤੱਕ ਮੈਂ ਸਾਰਿਆਂ ਨੂੰ ਆਪ ਬਹਿ ਕੇ ਮਿਲਦਾ ਜੀ, ਅਤੇ ਜਿਹੜੇ ਵੀ ਆਫਿਸ ਕੋਈ ਆਉਂਦਾ ਪਹਿਲਾਂ ਅਪਾਇੰਟਮੈਂਟ ਸੈੱਟ ਹੁੰਦੀ ਆ, ਫਿਰ ਸਾਰਿਆਂ ਨੂੰ ਮਿਲਦੇ ਹਾਂ, ਫਿਰ ਅਵੈਲੂਏਟ ਕਰਦੇ ਹਾਂ ਜੀ ਬੱਚੇ ਦੀ ਪ੍ਰੋਫਾਈਲ, ਫਿਰ ਭੇਜਦੇ ਉਹਨਾਂ ਨੂੰ। ਰਿਫਿਊਜ਼ਲ ਰੇਟ ਕਿੰਨਾ? ਸਰ ਕੈਨੇਡਾ ਤਾਂ ਜੀ ਮੈਨੂੰ ਲੱਗਦਾ ਕਿ ਸਾਡਾ ਬੈਸਟ ਹੋਣਾ, ਕਿਉਂਕਿ ਲੈੱਸ ਦੈਨ 1% ਆ ਜੀ ਕੈਨੇਡਾ ਦਾ ਜਿਹੜਾ ਰਿਫਿਊਜ਼ਲ ਰੇਟ ਹੈ। UK ਦਾ 0% ਜੀ। ਆਸਟ੍ਰੇਲੀਆ? ਆਸਟ੍ਰੇਲੀਆ ਸਰ ਕਿਤੇ ਨਾ ਸਾਡਾ ਮਤਲਬ ਕਿ ਉਹ ਐਜ ਜਿਹੜਾ ਸਾਡਾ ਕੈਨੇਡਾ UK ਦਾ, ਉਹ ਐਜ ਆਸਟ੍ਰੇਲੀਆ ਦਾ ਨਹੀਂ ਹੋ ਪਾਉਂਦਾ, ਕਿਉਂਕਿ ਆਸਟ੍ਰੇਲੀਆ ਦੀ ਫਾਈਲ ਬਹੁਤ ਸਿਲੈਕਟਿਵ ਆ, ਜੇ ਬੱਚਾ 2022 ਪਾਸ ਆਊਟ ਆ। ਰੌਲਾ ਤਾਂ ਬੜਾ ਪਾਉਂਦੇ, ਏਜੰਟ ਆਸਟ੍ਰੇਲੀਆ ਭੇਜ ਦਾਂਗੇ, ਚਿੰਤਾ ਨਾ ਕਰੋ, ਬੈਠੋ ਆਓ ਸਾਡੇ ਨਾਲ, ਨਾਲ ਦੀ ਨਾਲ ਰਿਫਿਊਜ਼ਲ ਹੀ ਨਹੀਂ ਜੀ ਪੱਲੇ, ਕੁਛ ਵੀ ਨਹੀਂ, ਰਿਫਿਊਜ਼ਲ ਆ। ਤੇ ਜਿਹੜਾ ਇਹੋ ਜਿਹਾ ਏਜੰਟ ਗੱਲ ਕਰਦਾ ਉਹ ਤੋਂ ਫਿਰ ਕੀ ਲੋਕਾਂ ਨੂੰ ਸਮਝ ਜਾਣਾ ਚਾਹੀਦਾ? ਸਰ ਇਹ ਲੋਕਾਂ ਨੂੰ ਥੋੜ੍ਹਾ ਜਿਹਾ ਅਵੇਅਰ ਹੋਣਾ ਚਾਹੀਦਾ ਇਹਦੇ 'ਤੇ, ਕਿਉਂਕਿ ਰਿਜੈਕਸ਼ਨ ਰੇਟ ਇਕੱਲਾ ਮੈਨੂੰ ਇੰਝ ਲੱਗਦਾ ਹੈਗਾ, ਤੁਸੀਂ ਵੀ ਇਸ ਚੀਜ਼ ਤੋਂ ਪਤਾ ਨਹੀਂ ਸਹਿਮਤ ਹੋ ਕੇ ਨਹੀਂ, ਕਿ ਸਿਰਫ ਗਲਤੀ ਤਾਂ ਏਜੰਟ ਦੀ ਨਹੀਂ ਹੈਗੀ, ਤੁਸੀਂ ਆਪਦੀ ਰਿਸਰਚ ਕਰਕੇ ਤਾਂ ਜਾਓ ਘੱਟੋ ਘੱਟ। ਸਰ ਆਸਟ੍ਰੇਲੀਆ 'ਚ ਨਾ ਕਾਫੀ ਵਾਰੀ ਐਂ ਹੁੰਦਾ, ਕਾਫੀ ਨਹੀਂ ਮੈਜੋਰਿਟੀ ਟਾਈਮਸ ਐਂ ਹੁੰਦਾ, ਬੱਚੇ ਨੂੰ ਆਹ ਨਹੀਂ ਪਤਾ ਹੁੰਦਾ ਕਿ ਉਹਦੀ ਫਾਈਲ ਕਿਹੜੇ ਕਾਲਜ ਕਿਹੜੀ ਯੂਨੀਵਰਸਿਟੀ 'ਚ ਲੱਗੀ ਹੈ। ਹੁਣ ਆਸਟ੍ਰੇਲੀਆ ਦੀ ਕੈਟੇਗਰੀਜ਼ ਨੇ ਜੀ, ਆਸਟ੍ਰੇਲੀਆ ਡਿਪਲੋਮਾ ਲਾਏ ਜਾਂਦੇ ਆ ਜੀ, ਆਸਟ੍ਰੇਲੀਆ 4 ਕੈਟੇਗਰੀ, ਲੈਵਲ 1, ਲੈਵਲ 2, ਲੈਵਲ 3, 4। ਹਾਂਜੀ, ਹੁਣ ਜਿਹੜੀ ਲੈਵਲ 1 ਦੇ ਇੰਸਟੀਟਿਊਸ਼ਨ ਆ ਜੀ, ਓਬਵੀਅਸਲੀ ਉਹਦੇ ਤੋਂ ਉਹਦਾ ਕੋਈ ਤੋੜ ਨਹੀਂ ਹੈਗਾ ਜੀ, ਜੇ ਲੈਵਲ 1 'ਤੇ ਆ, ਤੁਹਾਡੀ ਪ੍ਰੋਫਾਈਲ ਵਧੀਆ, ਤੁਹਾਡੇ ਨੰਬਰ ਵਧੀਆ ਨੇ, ਤੁਸੀਂ ਕਿਉਂ ਨਹੀਂ ਲੈਵਲ 1 ਲਉਂਗੇ? ਪ੍ਰੋਬਲਮ ਉੱਥੇ ਆਊਗੀ ਜਿੱਥੇ ਬੰਦਾ ਕਹਿੰਦਾ ਜੀ ਮੈਂ ਤਾਂ 21 ਪਾਸ ਆਊਟ ਹਾਂ, ਮੈਨੂੰ ਕਿਸੇ ਨਾ ਕਿਸੇ ਤਰੀਕੇ ਆਸਟ੍ਰੇਲੀਆ ਭੇਜੋ, ਪੈਸੇ ਜਿੰਨੇ ਮਰਜ਼ੀ। ਇੱਥੇ ਜੀ ਪ੍ਰੋਬਲਮ ਆਉਂਦੀ ਆ, ਅਤੇ ਪੰਜਾਬ ਦੀ ਪ੍ਰੋਬਲਮ ਹੀ ਹੈ ਬਹੁਤ ਵੱਡੀ। ਜਾਣਾ ਜੀ ਮੈਂ ਆਸਟ੍ਰੇਲੀਆ ਅਤੇ 21 ਪਾਸ ਆਊਟ ਹਾਂ, ਪੈਸੇ ਭਾਵੇਂ ਵੱਧ ਲੈ ਲਿਓ, ਮੇਰਾ ਕੰਮ ਕਰਾ ਦਿਓ, ਇੱਥੇ ਬੰਦਾ ਫਸ ਜਾਂਦਾ ਜੀ। ਤੁਹਾਡੇ ਕੋਲ ਜਦੋਂ ਫਾਈਲ ਲੈ ਕੇ ਆਉਂਦੇ ਆ, ਤੁਸੀਂ ਵੇਖ ਕੇ ਫਾਈਲ, ਜੇ ਤੁਹਾਨੂੰ ਲੱਗੇ ਕਿ ਹਾਂ ਵੀ ਹੋ ਜਾਏਗਾ ਤਾਂ ਠੀਕ ਹੈ, ਜੇ ਨਹੀਂ ਹੁੰਦਾ ਹੁੰਦਾ ਤੁਸੀਂ ਕਹਿ ਦਿਓ ਨਹੀਂ ਯਾਰ ਹੋਣਾ ਨਹੀਂ? ਬਿਲਕੁਲ ਜੀ ਬਿਲਕੁਲ। ਆਸਟ੍ਰੇਲੀਆ ਦਾ ਸੀ ਤਾਂ ਹੀ ਬਹੁਤ ਬਹੁਤ ਘੱਟ ਹੁੰਦਾ ਜੀ, ਜੇ ਮੈਨੂੰ ਲੱਗਦਾ ਆਸਟ੍ਰੇਲੀਆ ਦਾ 5% ਹੀ ਹੋਣਾ ਜੀ ਬਾਕੀਆਂ ਦੇ ਮੁਕਾਬਲੇ, ਕਿਉਂਕਿ ਪ੍ਰੋਫਾਈਲ ਸੈੱਟ ਹੀ ਨਹੀਂ ਪੈਂਦੀ ਉੱਥੇ। ਹੁਣ 2023 ਅੱਜ ਰਿਜ਼ਲਟ ਆਇਆ ਜੀ CBSE ਦਾ, ਅਤੇ ਹੁਣ ਰਿਜ਼ਲਟ ਆਇਆ ਅਤੇ ਅੱਜ ਬੱਚੇ ਹੁਣ ਜਾਣਗੇ ਜਿਹੜੇ 2023 ਪਾਸ ਆਊਟ ਹੋਣਗੇ, ਨਵੰਬਰ ਇਨਟੇਕ ਲੱਗੂਗੀ, ਜਿਹਦੇ ਤਾਂ ਬੈਂਡ ਹੋਣਗੇ ਜੀ 6 ਓਵਰਆਲ, 5.5 ਤੋਂ ਘੱਟ ਨਾ ਹੋਣ ਕਿਸੇ 'ਚੋਂ, ਉਹ ਤਾਂ ਚਲੇ ਜਾਣਗੇ। ਹੁਣ ਜਿਹੜਾ ਕਹੂਗਾ ਜੀ ਕਿ ਮੈਂ 21 ਪਾਸ ਆਊਟ ਹਾਂ ਜੀ ਜਾਂ ਮੈਂ 22 ਪਾਸ ਆਊਟ ਹਾਂ ਅਤੇ ਮੈਂ ਅੱਗੇ ਜਾਣਾ, ਅਤੇ ਉਹਦੇ ਕੋਲ ਕੋਈ ਰਾਹ ਨਹੀਂ ਜੀ, ਉਹਨੂੰ ਜਾਂ ਤਾਂ ਕੰਟਰੀ ਚੇਂਜ ਕਰਨੀ ਪਊਗੀ, ਜੇ ਉਹਨੇ ਬਾਹਰ ਜਾਣ ਦਾ ਆਪਦਾ ਸੁਪਨਾ ਪੂਰਾ ਕਰਨਾ ਪੜ੍ਹਨ ਦਾ। ਇੱਕ ਇਹ ਗੱਲ ਜ਼ਰੂਰ ਹੈ ਜੀ, ਬੱਚੇ ਨਾ ਇੱਥੋਂ ਲੈ ਜਾਂਦੇ ਆ ਸਟੱਡੀ, ਉੱਥੇ ਜਾ ਕੇ ਕਾਲਜ ਨਹੀਂ ਜਾ ਰਹੇ, ਕੋਈ ਜਾਣਾ ਉੱਥੇ ਵਰਕ ਪਰਮਿਟ ਆਪਦਾ ਕਰਾਉਣ 'ਚ ਮਸ਼ਰੂਫ ਹੋ ਜਾਂਦਾ, ਉੱਥੇ ਪ੍ਰੋਬਲਮ ਆ ਜੀ। ਜੇ ਪੜ੍ਹਨ ਜਾ ਰਹੇ ਹੋ ਤਾਂ ਇੱਕ ਵਾਰੀ ਪੜ੍ਹ ਲਓ ਪਹਿਲਾਂ, ਪੜ੍ਹਾਈ ਪੂਰੀ ਕਰ ਲਓ, ਉਦੋਂ ਬਾਅਦ ਕੋਈ ਅਗਲੀ ਚੀਜ਼ ਨੂੰ ਹੱਥ। ਪਰ ਉਹਦੇ 'ਚ ਐਂ ਵੀ ਤਾਂ ਹੋਏਗਾ ਨਾ ਜਪ੍ਰੀਤ ਜੀ, ਕਿ ਉਹਨਾਂ ਨੇ ਪਿੱਛੇ ਦਾਹ 'ਤੇ ਬੜਾ ਕੁਛ ਲਾਤਾ, ਉਹਨਾਂ ਨੂੰ ਉੱਥੇ ਜਾ ਕੇ ਸਿਰਫ ਇਹ ਨਜ਼ਰ ਆਉਂਦਾ ਕਿ ਯਾਰ ਹੁਣ ਕਮਾ ਲਈਏ ਅਤੇ ਭੇਜ ਦਈਏ। ਹੁਣ ਬਿਲਕੁਲ ਜੀ ਹੈਗੀ ਹੈ, ਜਦੋਂ ਜਿਹੜਾ ਜਿਹਦੇ ਕੋਲ ਇੱਥੇ 2 ਕਿੱਲੇ ਸੀਗੇ 3 ਕਿੱਲੇ ਸੀਗੇ ਜੀ, ਉਹ ਵੇਚ ਕੇ ਜਾ ਰਿਹਾ ਸਾਰਾ ਕੁਛ, ਉਹਨੂੰ ਤਾਂ ਦੋਨੇ ਪਾਸੇ ਆ ਜੀ, ਉਹਨੂੰ ਆਪਦੀ ਕਮਾਈ ਵੀ ਕਰਨੀ ਹੈ, ਉਹਨੇ ਪਿੱਛੇ ਵੀ ਕੁਛ ਨਾ ਕੁਛ ਭੇਜਣਾ, ਅਤੇ ਇਹਦੀ ਥਾਂ 'ਤੇ ਬੱਚੇ ਕਿਉਂ ਨਹੀਂ ਕਰਦੇ ਜੀ ਲੋਨ ਲੈ ਲਓ ਉਹਦੇ 'ਤੇ। ਲੋਨ ਤਾਂ ਕਿੰਨੇ ਦੀ ਆ, ਤੁਹਾਡੀ ਮਹੀਨੇ 'ਚੋਂ 2 ਦਿਨਾਂ ਦੀ ਸੈਲਰੀ ਨਿਕਲ ਜੂਗੀ ਵੱਧ ਤੋਂ ਵੱਧ ਲੋਨ ਦੀ, 20,000 ਕਿਸ਼ਤ ਨਿਕਲ ਜੂ, 25 ਨਿਕਲ ਜੂਗੀ, ਇੱਦੋਂ ਵੱਧ ਤਾਂ ਹੈ ਨਹੀਂ, ਅਤੇ ਨਾਲੇ ਜ਼ਮੀਨ ਦੀ ਆਮਦਨ ਜ਼ਮੀਨ ਤੋਂ ਆਊਗੀ ਜੀ, ਉਹਦੇ ਵਾਲੀ ਤੁਸੀਂ ਭਰ ਸਕਦੇ ਹੋ। ਇੱਕ ਚੀਜ਼ ਦੱਸੋ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ CBSE ਦਾ ਰਿਜ਼ਲਟ ਆ ਗਿਆ 2023 ਦਾ, ਮੈਨੂੰ ਕੁਇਕਲੀ ਦੱਸਣਾ ਔਰ ਇੱਦਾਂ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਪੈ ਜਾਵੇ ਇਹ ਗੱਲ ਕਿ ਕੀ ਕਰ ਸਕਦੇ ਆ ਹੁਣ, ਔਰ ਆਸਾਨ ਤਰੀਕਾ ਹੈ ਕੀ ਉਹਨਾਂ ਦੇ ਲਈ? ਸਰ ਦੇਖੋ, ਜਿਨ੍ਹਾਂ ਨੇ ਤਾਂ ਜਿਨ੍ਹਾਂ ਨੂੰ ਪਤਾ ਕਿ ਮੈਂ ਆਇਲਸ ਕਰ ਸਕਦਾ, ਉਹਦੇ ਲਈ ਕੈਨੇਡਾ ਆਸਟ੍ਰੇਲੀਆ ਖੁੱਲ੍ਹਾ, USA ਖੁੱਲ੍ਹਾ ਬਹੁਤ ਚੰਗੇ ਤਰੀਕੇ ਨਾਲ, ਜਿਨ੍ਹਾਂ ਨੂੰ ਪਤਾ ਕਿ ਮੈਂ ਆਇਲਸ ਨਹੀਂ ਕਰ ਸਕਦਾ, 60% ਨੰਬਰ ਹੈਗੇ ਆ ਇੰਗਲਿਸ਼ 'ਚੋਂ ਅਤੇ 60 ਨੰਬਰ ਹੈਗੇ ਆ ਓਵਰਆਲ, ਉਹ UK ਲਾ ਲੈਣ ਜੀ ਵਿਦਆਊਟ ਆਇਲਸ, ਔਰ ਈਜ਼ੀ ਹੈ, ਬਹੁਤ ਈਜ਼ੀ ਜੀ, ਬਹੁਤ ਈਜ਼ੀ। ਔਰ ਇਹਦੇ ਨਾਲ ਨਾਲ ਇਹ ਵੀ ਦੱਸ ਦਿਉ ਹੁਣ ਕਿ ਜਿਹੜੇ CBSE ਤੋਂ ਪਾਸ ਆਊਟ ਹੋਏ ਨੇ 2023 ਦੇ ਵਿੱਚ, ਉਹ ਕਿਹੜੀਆਂ ਗੱਲਾਂ ਨਾ ਸੁਣਨ? ਤੁਸੀਂ ਇਹ ਗੱਲਾਂ ਤਾਂ ਚਲੋ ਸੁਣ ਲੈਣੀਆਂ ਚਾਹੀਦੀਆਂ, ਤੁਸੀਂ ਡਾਇਰੈਕਟਲੀ ਕਹਿ ਦਿੱਤੀਆਂ, ਕਿਹੜੀਆਂ ਗੱਲਾਂ ਦੇ ਉੱਤੇ ਉਹਨਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ, ਗੌਰ ਨਹੀਂ ਕਰਨਾ ਚਾਹੀਦਾ, ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ? ਬਿਲਕੁਲ ਜੀ, ਇਹ ਮੈਂ ਕੰਟਰੀ ਵਾਈਜ਼ ਹੀ ਦੱਸ ਦਿੰਦਾ ਜੀ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਲਈ ਲੈਵਲ 2 ਕਾਲਜ ਜੀ ਬਿਲਕੁਲ ਨਾ ਲਓ, ਲੈਵਲ 2 ਇੰਸਟੀਟਿਊਸ਼ਨ ਲਓ ਨਾ, ਲੈਵਲ 1 ਦੇ ਕੋਲ ਬਹੁਤ ਆਪਸ਼ਨਸ ਨੇ ਜੀ, ਡਿਗਰੀ ਪ੍ਰੋਗਰਾਮ 'ਚ ਜਾਇਓ ਆਸਟ੍ਰੇਲੀਆ ਜਦੋਂ ਜੇ ਚੱਲਿਓ। ਸੈਕਿੰਡ ਆਪਸ਼ਨ ਜੀ, ਜੇ ਆਪਾਂ UK ਜਾ ਰਹੇ, 60% ਨੰਬਰ ਹੈਗੇ ਆ,
ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ ਜੀ ਜਾਣ ਤੋਂ। ਮਤਲਬ ਹੀ ਨਹੀਂ ਕਿ ਵੀਜ਼ਾ ਰਿਜੈਕਟ ਹੋ ਜਾਏ ਜੀ। 60% ਨੰਬਰ ਜਿਨ੍ਹਾਂ ਦੇ ਹੈਗੇ ਆ ਪਬਲਿਕ, ਇਹਦੇ 'ਚ ਜਿਹੜੀ ਯੂਨੀਵਰਸਿਟੀ ਲੈਣੀ ਹੈ ਜੀ ਉੱਥੇ ਉਹ ਸਰਕਾਰੀ ਹੋਣੀ ਚਾਹੀਦੀ ਹੈ, ਉਹ ਪ੍ਰਾਈਵੇਟ ਨਾ ਲੈ ਲਿਓ। ਪ੍ਰਾਈਵੇਟ 2-3 ਹੈਗੀਆਂ, ਬਹੁਤ ਚੱਲਦੀਆਂ ਜੀ ਪੰਜਾਬ 'ਚ। ਮਤਲਬ ਜੇ ਇੱਕ ਏਰੀਆ 'ਚ ਕਿਸੇ 100 ਕੰਸਲਟੈਂਟ ਹੈ ਤਾਂ 99 ਉਹ ਯੂਨੀਵਰਸਿਟੀਆਂ ਦੇ ਰਿਹਾ, ਬਟ ਉਹਦੇ ਨਾਲ ਅੱਗੇ ਵਰਕ ਪਰਮਿਟ ਲੈਣ 'ਚ ਬਹੁਤ ਪ੍ਰੋਬਲਮ ਆਉਂਦੀ ਹੈ ਜੀ, ਉਹ ਨਾ ਲਓ। ਉਦੋਂ ਬਾਅਦ ਜਿਨ੍ਹਾਂ ਨੇ ਕੈਨੇਡਾ ਜਾਣਾ ਉਹਨਾਂ ਦਾ ਬਹੁਤ ਏਮ ਕਲੀਅਰ ਹੋਣਾ ਚਾਹੀਦਾ ਜੀ, 6.5 ਬੈਂਡ ਸੀ। ਅਤੇ ਉਦੋਂ ਬਾਅਦ ਨਾਲ ਉਹਨਾਂ ਦੇ ਇੱਥੇ ਵੀ ਜੀ ਕੈਨੇਡਾ 'ਚ ਵੀ 2 ਤਰ੍ਹਾਂ ਦੇ ਪ੍ਰੋਗਰਾਮ ਨੇ, ਡਿਪਲੋਮਾ ਅਤੇ ਡਿਗਰੀ। ਕੋਸ਼ਿਸ਼ ਕਰੋ ਜੇ ਡਿਗਰੀ ਲਾਉਣ ਤਾਂ ਜੀ, ਇੱਥੋਂ ਕੋਈ ਨਾ ਕੋਈ ਉੱਥੇ ਸਿਲੈਕਸ਼ਨ ਹੁੰਦੀ ਹੈ, ਕੋਈ ਪਲੇਸਮੈਂਟ ਹੁੰਦੀ ਹੈ, ਉਹ ਜ਼ਿਆਦਾ ਫਾਇਦਾ ਦਊਗੀ ਜੀ। ਡਿਪਲੋਮਾ 'ਚ ਬੱਚਾ ਉੱਥੇ ਰਹਿ ਜੂਗਾ, ਜਿਵੇਂ ਆਪਣੇ ITI ਹੁੰਦੀ ਹੈ ਸੇਮ ਉੱਥੇ ਦਾ ਡਿਪਲੋਮਾ ਜੀ। ਔਰ ਇਹ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਪਏ, ਔਰ ਇਹਦੇ ਇਲਾਵਾ ਹੋਰ ਹੱਦ ਟੱਪ ਕੇ ਐਕਸਟਰਾ ਝੂਠ ਜਿਹੜੇ ਤੁਸੀਂ ਕਹਿੰਦੇ ਨਾ, ਜਿਨ੍ਹਾਂ ਦੇ ਆਪਣੇ ਵੀਜ਼ੇ ਨਹੀਂ ਲੱਗੇ ਉਹ ਇੱਥੇ ਹੁਣ ਉਹਨਾਂ ਨੇ ਇਮੀਗ੍ਰੇਸ਼ਨ ਆਪਣੇ ਦਫ਼ਤਰ ਖੋਲ੍ਹ ਲਏ ਨੇ, ਇਸ ਤੋਂ ਇਲਾਵਾ ਕਿੱਦਾਂ ਇਹ ਗੁੰਮਰਾਹ ਕਰਦੇ ਪਏ ਆ? ਇੱਕ ਤਾਂ ਜੀ ਪੈਕੇਜ ਦਾ ਟ੍ਰੈਂਡ ਬਹੁਤ ਮਤਲਬ ਕਿ ਮਾੜਾ ਅਤੇ ਬਹੁਤ ਖਤਰਨਾਕ ਆ ਜੀ ਪੰਜਾਬ ਲਈ, ਅਤੇ ਇਹ ਨਹੀਂ ਹੋਣਾ ਚਾਹੀਦਾ। ਇਹ ਤੋਂ ਕਿਸੇ ਨੂੰ ਲੋੜ ਨਹੀਂ ਜੀ। ਕੈਨੇਡਾ ਜੇ ਹੁਣ ਜਾਣਾ ਅਤੇ ਕਈ ਲੋਕ ਕੈਨੇਡਾ ਦੇ ਪੈਕੇਜ ਕਰ ਰਹੇ ਆ ਜੀ। ਕੈਨੇਡਾ 'ਚ ਕੀ ਹੈ ਜੀ, ਫੀਸ ਭਰਨੀ ਆ ਸਾਲ ਦੀ, GIC ਭਰਨੀ ਆ, ਉੱਥੇ ਰਹਿਣ ਸਹਿਣ ਦਾ ਖਰਚਾ, GIC ਲਿਵਿੰਗ ਹੁਣ ਕਿਹਨੂੰ ਕਹਿੰਦੇ ਆ ਜੀ, ਅਤੇ ਜਿਹੜਾ 1 ਸਾਲ ਦੀ ਫੀਸ ਭਰ ਕੇ ਜਾਣੀ ਆ। ਕੋਈ ਉਹ ਦੁਆ ਫੰਡ ਸ਼ੋਅ ਕਰਨ ਦੀ ਲੋੜ ਨਹੀਂ, ਕੁਛ ਨਹੀਂ ਕਰਨ ਦੀ ਲੋੜ, ਅਤੇ ਸਿੱਧਾ ਵੀਜ਼ਾ ਲੱਗਦਾ, ਕੋਈ ਪ੍ਰੋਬਲਮ ਹੀ ਨਹੀਂ। ਨਹੀਂ ਵੀਜ਼ਾ ਲੱਗਦਾ, $250 ਕੱਟ ਕੇ ਤੁਹਾਨੂੰ ਵਾਪਸ ਆ ਜਾਂਦੀ ਹੈ ਜੀ ਸਰਕਾਰੀ ਯੂਨੀਵਰਸਿਟੀ ਤੋਂ। ਉਹਨੂੰ ਕਿਉਂ ਆਪਾਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪਾਈ ਜਾਂਦੇ ਹਾਂ ਪੈਕੇਜ ਦੇ ਚੱਕਰ 'ਚ, ਨਾਲ ਲੱਗਦਾ ਨਹੀਂ ਵੀਜ਼ਾ ਜੀ। ਸੋ ਦੋਸਤੋ, ਤੁਸੀਂ ਐਜੂਕੇਸ਼ਨ ਲੈਣ ਤੋਂ ਜਪਪ੍ਰੀਤ ਹੋਰਾਂ ਨੂੰ ਸੁਣ ਰਹੇ ਸੀਗੇ, ਔਰ ਬੜੇ ਹੀ ਸੁਲਝੇ ਹੋਏ ਢੰਗ ਦੇ ਨਾਲ ਤੁਹਾਨੂੰ ਗੱਲਾਂ ਸਮਝਾ ਦਿੱਤੀਆਂ ਗਈਆਂ ਨੇ ਕਿ ਕਿਸ ਤੋਂ ਬਚਣਾ ਔਰ ਕਿਹੜੀਆਂ ਗੱਲਾਂ ਦੇ ਉੱਤੇ ਤੁਰਨਾ। ਹਾਲੇ ਵੀ ਜੇ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਸਮਝੋਗੇ ਤਾਂ ਫਿਰ ਰੱਬ ਰੱਖਾ, ਤੁਹਾਡਾ ਵੀ ਵੀਜ਼ਾ ਜਦੋਂ ਰਿਫਿਊਜ਼ ਹੋ ਜਾਏਗਾ ਤਾਂ ਸ਼ਾਇਦ ਤੁਸੀਂ ਵੀ ਇੱਥੇ ਦਫ਼ਤਰ ਖੋਲ੍ਹ ਲਓ ਔਰ ਬਦਲੇ ਪੂਰੇ ਕਰੋ। ਕੈਮਰੇ ਦੇ ਪਿੱਛੇ ਮੇਰਾ ਸਾਦਰ ਸੀਗਾ ਸੁਖਿੰਦਰ, ਮੈਂ ਲੰਕੇਸ਼ ਤੇ ਖਰਜ਼ਾਨਾ ਸਪੋਕਸਮੈਨ ਦੇ ਲਈ।